ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਕੌਰ। ਪਿਆਰੇ ਦਰਸ਼ਕੋ, ਤੁਹਾਨੂੰ ਜਿਵੇਂ ਸਭ ਨੂੰ ਪਤਾ ਹੈ ਕਿ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆ ਰਿਹਾ, ਜਿਸ ਨੂੰ ਲੈ ਕੇ ਵੱਖ ਵੱਖ ਸ਼ਹਿਰਾਂ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ। ਸਿਰਫ ਸਿੱਖ ਧਰਮ ਦੇ ਲੋਕ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਲੋਕ ਵੀ ਨਗਰ ਕੀਰਤਨਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ। ਤੇ ਆਓ ਅਸੀਂ ਜਾਣਦੇ ਹਾਂ ਲੋਕਾਂ ਤੋਂ ਗੁਰੂ ਨਾਨਕ ਦੇਵ ਜੀ ਬਾਰੇ ਉਹ ਕਿੰਨੀ ਜਾਣਕਾਰੀ ਰੱਖਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਹੋਏ ਰਸਤਿਆਂ ਤੇ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਲੋਕ ਕਿੰਨਾ ਚੱਲ ਰਹੇ ਨੇ। ਗੁਰੂ ਨਾਨਕ ਦੇਵ ਜੀ ਬਾਰੇ ਤੁਸੀਂ ਕੀ ਜਾਣਦੇ ਹੋ? ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ ਅਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਅਤੇ ਉਹਨਾਂ ਦੇ ਜਨਮ ਦਿਹਾੜੇ ਦੇ ਪੂਰਵ ਵਿੱਚ ਉੱਥੋਂ ਆਪਾਂ ਨਗਰ ਕੀਰਤਨ ਕੱਢ ਰਹੇ ਹਾਂ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਅੱਜ ਹੈ? ਨਹੀਂ, ਉਹ ਇੱਕ ਦਿਨ ਛੱਡ ਕੇ ਪਹਿਲਾਂ ਨਗਰ ਕੀਰਤਨ ਕੱਢਦੇ ਹਾਂ, 4 ਤਰੀਕ ਨੂੰ ਉਹਨਾਂ ਦਾ ਹੈ ਜੀ। ਗੁਰੂ ਨਾਨਕ ਦੇਵ ਜੀ ਦੇ ਕਿੰਨੇ ਬੱਚੇ ਸੀ? 2। ਦੇਖੋ ਜੀ, ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਸਾਡੇ, ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸੀਗੀ। ਜਿਹੜੀ ਪ੍ਰਥਾ ਹੁੰਦੀ ਸੀਗੀ ਕਿ ਜੇ ਹਿੰਦੂ ਉਸ ਦੇ ਵਿੱਚ ਜਾਂ ਕਿਸੇ ਵੀ ਕਮਿਊਨਿਟੀ ਦੇ ਵਿੱਚ ਜੇ ਹਸਬੈਂਡ ਮਰ ਜਾਂਦਾ, ਸੋ ਵਾਈਫ ਵਾਸ ਸਪੋਜ਼ ਟੂ, ਮਤਲਬ ਉਹਨੂੰ ਆਪਣੇ ਆਪ ਨੂੰ ਜਲਾਉਣਾ ਪੈਂਦਾ ਸੀਗਾ। ਉਹ ਸਤੀ ਪ੍ਰਥਾ ਉਹਨਾਂ ਨੇ ਖਤਮ ਕੀਤੀ। ਫਿਰ ਉਹਨਾਂ ਦਾ ਇੱਕ ਕਥਾ ਹੈ, ਕਿੱਸਾ ਹੈ ਮੱਕਾ ਮਦੀਨਾ ਦਾ। ਉਹਨਾਂ ਨੇ ਮੱਕਾ ਹਲਾਤਾ ਸੀਗਾ ਕਿਉਂਕਿ ਕਿਸੇ ਨੇ ਕਿਹਾ ਸੀਗਾ ਸਾਡੇ ਮੱਕੇ ਵੱਲ ਪੈਰ ਕਰਕੇ ਨਾ ਸੋਵੋ। ਸੋ ਉਹਨਾਂ ਨੇ ਕਿਹਾ ਸੀਗਾ ਤੂੰ ਮੇਰੇ ਪੈਰ ਕਰ ਦੇ ਜਿੱਥੇ ਤੇਰਾ ਮੱਕਾ ਨਹੀਂ ਹੈਗਾ। ਸੋ ਉਹਨਾਂ ਨੇ ਜਿੱਧਰ ਪੈਰ ਕੀਤੇ ਸੀਗੇ ਉੱਥੇ ਮੱਕਾ ਆ ਗਿਆ ਸੀ। ਬਟ ਅਫਸੋਸ ਦੀ ਗੱਲ ਇਹ ਹੈ, ਅਸੀਂ ਗੱਲਾਂ ਆਹੀ ਕਰਦੇ ਹਾਂ ਜੋ ਮੈਂ ਕਹਿ ਰਿਹਾ। ਸਾਡੇ ਬਜ਼ੁਰਗ ਜਿੰਨੇ ਵੀ ਵੱਡੇ ਹੈਗੇ ਗੁਰਦੁਆਰਿਆਂ ਦੇ ਵਿੱਚ ਬੈਠੇ ਆ, ਜਿਹੜੇ ਵੱਡੇ ਵੱਡੇ ਤਖਤਾਂ ਦੇ ਵਿੱਚ ਬੈਠੇ ਆ, ਅਟਾਇਰ ਪਾ ਕੇ, ਪਗੜੀਆਂ ਸਜਾ ਕੇ, ਗਾਤਰੇ ਪਾ ਕੇ, ਸਾਨੂੰ ਸਿਖਾਉਂਦੇ ਇਹ ਆ ਕਿ ਅਸੀਂ ਰੱਬ ਤਾਂ ਹਰ ਪਾਸੇ ਹੈ। ਗੁਰੂ ਨਾਨਕ ਦੇਵ ਜੀ ਨੇ ਮੱਕਾ ਮਦੀਨਾ ਹਲਾਤਾ ਸੀਗਾ, ਪਰ ਜੇ ਤੁਸੀਂ ਥੋੜ੍ਹਾ ਜਿਹਾ ਵੀ ਪਿੱਠ ਕਰ ਲਓ, ਗੁਰਦੁਆਰੇ ਵੱਲ ਪਿੱਠ ਕਰ ਲਓ, ਤਾਂ ਸਾਨੂੰ ਥੋੜ੍ਹਾ ਜਿਹਾ ਡਾਂਟਣ ਲੱਗ ਪੈਂਦੇ ਆ, ਪਿੱਠ ਨਾ ਕਰੋ ਜੀ, ਪੈਰ ਨਾ ਕਰੋ ਜੀ, ਚੌਂਕੜੀ ਮਾਰ ਕੇ ਬੈਠੇ ਉੱਧਰ ਵੱਲ, ਪੈਰ ਨਹੀਂ ਹੋਣੇ ਚਾਹੀਦੇ। ਸੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਾਤ ਪਾਤ ਦਾ ਵੀ ਦੱਸਿਆ, ਬਟ ਅਸੀਂ ਮੈਕਸੀਮਮ ਪੰਜਾਬੀਆਂ ਕਹਿ ਲਈਏ ਜਾਂ ਜਿੰਨਾ ਵੀ ਹੈਗੇ ਆ, ਮੰਨਦੇ ਨਹੀਂ ਜਾਤ ਪਾਤ ਨੂੰ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ। ਅਸੀਂ ਫਿਰ ਪੈ ਜਾਂਦੇ ਹਾਂ ਫਲਾਣਾ ਜੱਟ ਹੈ ਜੀ, ਫਲਾਣਾ ਸਰਦਾਰ ਹੈ ਜੀ, ਫਲਾਣਾ ਬ੍ਰਾਹਮਣ ਹੈ ਜੀ। ਅਸੀਂ ਸਿਰਫ ਲਿਖਿਆਂ ਨੂੰ ਪੜ੍ਹ ਲੈਂਦੇ ਹਾਂ ਰੋਜ਼, ਮੰਨਦੇ ਬਿਲਕੁਲ ਨਹੀਂ। ਮੈਂ ਵੀ ਉਹਨਾਂ 'ਚ ਹੀ ਹੋਊਂਗਾ ਸ਼ਾਇਦ, ਮੰਨਦੇ ਬਿਲਕੁਲ ਨਹੀਂ। ਸਾਡੇ ਪਹਿਲੇ ਗੁਰੂ ਸਾਹਿਬ ਸਨ ਅਤੇ ਸਾਡਾ ਜੋ ਸਿੱਖ ਧਰਮ ਹੋਇਆ ਹੈ ਉਹ ਸ਼ੁਰੂ ਹੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਹੈ। ਅਤੇ ਅੱਜ ਤੁਸੀਂ ਦੇਖ ਰਹੇ ਹੋ ਕਿ 28ਵਾਂ ਜਿਹੜਾ ਹੈਗਾ ਆਪਣਾ ਨਗਰ ਕੀਰਤਨ ਨਿਕਲ ਰਿਹਾ ਹੈ, ਅਤੇ ਇਹੀ ਦਰਸਾਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜੋ ਇਹ ਪੁਰਬ ਹੈਗਾ ਇਹ ਸਿੱਖ ਧਰਮ ਲਈ ਸਭ ਤੋਂ ਵੱਡਾ ਦਿਨ ਹੁੰਦਾ ਹੈ। ਇਸ ਤੋਂ ਬਾਅਦ ਹੀ ਜੋ ਸਭ ਕੁਝ ਸੀਗਾ ਸਾਡਾ ਸ਼ੁਰੂਆਤ ਹੋਈ, ਜੋ ਵੀ ਇਹ ਨਗਰ ਕੀਰਤਨ ਕਰਨੇ, ਪ੍ਰਭਾਤ ਫੇਰੀ ਨਿਕਲਣੀ ਆ, ਬਾਕੀ ਗੁਰੂ ਸਾਹਿਬਾਨ ਬਾਰੇ ਜੋ ਵੀ ਸੀਗਾ ਉਹ ਸਭ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਇਆ ਹੈ। ਵੈਸੇ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦੋ ਸੀਗਾ ਉਹ ਵਹਿਮਾਂ ਭਰਮਾਂ ਨੂੰ ਦੂਰ ਕਰਨ ਵਾਸਤੇ ਹੋਇਆ ਸੀ, ਇਸ ਲਈ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਹਨ ਜੋ ਗੁਰੂ ਨਾਨਕ ਦੇਵ ਜੀ ਤੋਂ ਮਿਲਦੀਆਂ ਹਨ। ਗੁਰੂ ਨਾਨਕ ਦੇਵ ਜੀ ਇਹੋ ਜਿਹੇ ਗੁਰੂ ਹੋਇਆ ਜਿਹੜੇ ਕਿ ਪੂਰੀ ਦੁਨੀਆ 'ਚ ਹਰ ਇੱਕ ਧਰਮ ਦੇ ਲੋਕ ਉਹਨਾਂ ਨੂੰ ਮੰਨਦੇ ਆ। ਮਤਲਬ ਇਹ ਉਹਨਾਂ ਬਾਰੇ ਖਾਸ ਚੀਜ਼ ਸੀ, ਉਹ ਇੱਕ ਸਿੱਖ ਧਰਮ ਦੇ ਗੁਰੂ ਨਾ ਸੀ ਇਕੱਲੇ, ਉਹ ਪੂਰੀ ਦੁਨੀਆ ਦੇ ਗੁਰੂ ਸੀ। ਗੁਰੂ ਨਾਨਕ ਦੇਵ ਜੀ ਬਾਰੇ ਕੀ ਜਾਣਦੇ ਹਨ? ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਜਨਮ 1469 ਵਿੱਚ ਹੋਇਆ ਸੀ ਅਤੇ ਉਹਨਾਂ ਨੇ ਹੀ ਸਿੱਖੀ ਦੀ ਬੁਨਿਆਦ ਰੱਖੀ ਸੀ। ਅਤੇ ਗੁਰੂ ਨਾਨਕ ਦੇਵ ਜੀ ਨੇ ਜਦ ਕੋ 30 ਸਾਲ ਦੇ ਸੀ ਤਾਂ ਉਹਨਾਂ ਨੂੰ ਰੈਵੋਲਿਊਸ਼ਨ ਹੋਈ ਸੀ ਅਤੇ ਉਹਨਾਂ ਨੇ ਆਪਣੀ ਸਿੱਖੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਨੇ ਆਪਣੇ ਸ਼ਲੋਕ ਲਿਖਣੇ ਸ਼ੁਰੂ ਕੀਤੇ ਸੀ ਜਿਹੜੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਇੰਕਲੂਡਿਡ ਹੋਏ ਸਨ। ਬੇਟੇ, ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਨੇ, ਇਹਨਾਂ ਦਾ ਜਨਮ 1469 ਈਸਵੀ ਵਿੱਚ ਨਨਕਾਣਾ ਸਾਹਿਬ ਵਿਖੇ ਹੋਇਆ ਸੀ। ਸਿੱਖਾਂ ਦੇ ਪਹਿਲੇ ਗੁਰੂ, ਉਹਨਾਂ ਦੀ ਦੇਣ ਜਿਹੜੀ ਹੈ ਸਾਰਾ ਸੰਸਾਰ ਜਾਣਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਸਿੱਖ ਧਰਮ ਦੇ ਮੋਢੀ ਹੋਏ ਨੇ, ਉਹਨਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀਗੀ। ਉਹ ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸੀ ਜਿਹੜੇ ਇਸ ਧਰਤੀ ਦੇ ਉੱਤੇ ਸਿੱਖ ਧਰਮ ਜਿਨ੍ਹਾਂ ਨੇ ਨੀਂਹ ਰੱਖੀ। ਤੁਹਾਡੇ ਸਾਹਮਣੇ ਹੁਣ ਨਗਰ ਕੀਰਤਨ ਚੱਲ ਰਿਹਾ, ਤੁਸੀਂ ਵੀ ਸੇਵਾ ਕਰਵਾ ਰਹੇ ਹੋ, ਬੁਲਟ ਤੇ ਸ਼ਰੇਆਮ ਪਟਾਕੇ ਵੱਜ ਰਹੇ ਨੇ, ਕੀ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖਿਆਵਾਂ ਨੇ? ਨਹੀਂ, ਉਹ ਬਿਲਕੁਲ ਗਲਤ ਚੀਜ਼ ਹੈਗੀ ਹੈ, ਉਹ ਚੀਜ਼ ਹੋਣੀ ਵੀ ਨਹੀਂ ਚਾਹੀਦੀ ਹੈਗੀ। ਠੀਕ ਹੈ, ਨੋਰਮਲ ਜਿਵੇਂ ਅਸੀਂ ਸੇਵਾ ਕਰ ਰਹੇ ਹਾਂ, ਬਾਕੀ ਸੇਵਾ ਕਰ ਰਹੇ ਹਨ ਸਾਰੇ ਸ਼ਰਧਾ ਭਾਵਨਾ ਨਾਲ, ਉਸ ਤਰ੍ਹਾਂ ਸੇਵਾ ਹੋਣੀ ਚਾਹੀਦੀ ਹੈ। ਇਹੀ ਸਹੀ ਤਰੀਕਾ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਦਾ, ਜਾਂ ਜਿੱਦਾਂ ਅਸੀਂ ਛੋਟੇ ਹੁੰਦੇ ਸੀ ਅਸੀਂ ਵੀ ਇੱਦਾਂ ਹੀ ਕਰਦੇ ਸੀ। ਸਾਨੂੰ ਵੀ ਇਹੀ ਸਿਖਾਇਆ ਗਿਆ ਸੀ ਕਿ ਮਤਲਬ ਸ਼ਰਧਾ ਭਾਵਨਾ ਨਾਲ ਜੋ ਸੇਵਾ ਕਰਨੀ ਚਾਹੀਦੀ ਹੈ ਉੱਦਾਂ ਹੀ ਕਰਨੀ ਚਾਹੀਦੀ ਹੈ। ਮਤਲਬ ਜੋ ਆਪਾਂ ਕਾਰਾਂ ਵਗੈਰਾ ਦਾ ਜੋ ਕਰਦੇ ਹਾਂ ਚੀਜ਼ਾਂ, ਉਹ ਥੋੜ੍ਹੀਆਂ ਗਲਤ ਹੈਗੀਆਂ ਚੀਜ਼ਾਂ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਨਹੀਂ, ਇਹ ਬਿਲਕੁਲ ਸਹੀ ਨਹੀਂ ਹੈਗਾ ਕਿਉਂਕਿ ਪਹਿਲਾਂ ਦੇਖਿਆ ਪਿੱਛੇ ਵੀ ਇੱਕ ਬੁਲਟ ਵਾਲਾ ਸਲਿੱਪ ਹੋ ਗਿਆ, ਉਸ ਕਾਰਨ ਇਸ ਤਰ੍ਹਾਂ ਬਾਕੀ ਸੰਗਤਾਂ ਨੂੰ ਵੀ ਚੋਟ ਲੱਗ ਸਕਦੀ ਹੈ। ਇਹ ਗਲਤ ਆਪਣਾ ਸਿਮਰਨ ਕਰਨਾ ਚਾਹੀਦਾ, ਨਗਰ ਕੀਰਤਨ ਦੇ ਵਿੱਚ ਵਾਹਿਗੁਰੂ ਜਸ ਕਰਨਾ ਚਾਹੀਦਾ, ਇਹ ਸਭ ਤੋਂ ਵਧੀਆ ਤਰੀਕਾ। ਇਹ ਤਰੀਕਾ ਜ਼ਿਆਦਾ ਆਪਾਂ ਸੇਫ ਨਹੀਂ ਕਹਿ ਸਕਦੇ, ਆਪਣੇ ਲਈ ਵੀ ਅਤੇ ਦੂਜਿਆਂ ਲਈ ਵੀ। ਇਹ ਤਾਂ ਦਿਖਾਵਾ ਹੋ ਰਿਹਾ, ਜੇ ਪਟਾਕਿਆਂ ਦੀ ਗੱਲ ਕਰ ਰਹੇ ਹੋ ਤਾਂ ਦਿਖਾਵਾ ਹੈ। ਗੁਰੂ ਦੀ ਜਿਹੜੀ ਅਸੀਸ ਹੈ, ਗੁਰੂ ਦੀ ਜਿਹੜੀ ਬਖਸ਼ਿਸ਼ ਹੈ, ਗੁਰੂ ਦੀ ਜਿਹੜੀ ਕਿਰਪਾ ਹੈ, ਉਹ ਸਾਰਿਆਂ 'ਤੇ ਨਜ਼ਰ ਆ ਰਹੀ ਹੈ।
ਕੀ ਤੁਹਾਨੂੰ ਲੱਗਦਾ ਕਿ ਅੱਜ ਦੀ ਯੂਥ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਰਹੀ ਹੈ? ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ ਘੱਟ। ਉਹਦੇ ਕਾਰਨ ਕੀ ਨੇ? ਫੈਸ਼ਨ। ਉਹ ਸੱਚ ਦੀ ਗੱਲ ਕਰਦੇ ਸੀ, ਸੱਚ ਅੱਜ ਵੀ ਸੱਚ ਹੈ, ਕੱਲ ਵੀ ਸੱਚ ਹੈ, ਅੱਗੋਂ ਵੀ ਸੱਚ ਰਹੇਗਾ। ਜੇ ਜਪਜੀ ਸਾਹਿਬ ਨੂੰ ਤੁਸੀਂ ਧਿਆਨ ਨਾਲ ਸਮਝੋ ਤੇ ਸਾਰੇ ਸੰਸਾਰ ਵਾਸਤੇ ਹੈ, ਸਿਰਫ ਇਕੱਲੇ ਸਿੱਖਾਂ ਵਾਸਤੇ ਨਹੀਂ, ਗੁਰੂ ਨਾਨਕ ਦੇਵ ਜੀ ਸਾਰੇ ਸੰਸਾਰ ਵਾਸਤੇ ਸੀਗੇ। ਅਸੀਂ ਮਤਲਬ ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਹਰ ਤਰੀਕੇ ਨਾਲ ਟਰਾਈ ਕਰਦੇ ਹਾਂਗੇ ਵੀ ਅਸੀਂ ਉਹਨਾਂ ਦੀ ਸਿੱਖਿਆਵਾਂ ਦਾ ਪੂਰਾ ਪਾਲਣ ਕਰ ਸਕੀਏ। ਬਟ ਜੇ ਆਪਾਂ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਤਾਂ ਅੱਜ ਕੱਲ੍ਹ ਮਤਲਬ ਥੋੜ੍ਹਾ ਜਿਹਾ ਯੂਥ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹ ਘੱਟ ਇਸ ਚੀਜ਼ ਨੂੰ ਫੋਲੋ ਕਰ ਰਹੀ ਹੈ। ਬਟ ਉਹਨਾਂ ਨੂੰ ਇਹ ਜ਼ਰੂਰ ਫੋਲੋ ਕਰਨਾ ਚਾਹੀਦਾ ਕਿਉਂਕਿ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਪ੍ਰਾਪਤ ਕਰਨਾ ਹੈਗਾ, ਗੁਰੂ ਨਾਨਕ ਦੇਵ ਜੀ ਨੇ ਹੀ ਸਾਨੂੰ ਆਖਿਆ ਸੀ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਪਰਮਾਤਮਾ ਨੂੰ ਪ੍ਰਾਪਤ ਕਰਨਾ, ਅਤੇ ਉਸਦਾ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਰਾਹ ਹੀ ਹੈ, ਉਸ ਤੋਂ ਵਧੀਆ ਕੋਈ ਰਾਹ ਨਹੀਂ ਹੈ। ਅਨਫੋਰਚੁਨੇਟਲੀ ਮੇਰੇ ਖਿਆਲ ਤਾਂ ਨਹੀਂ, ਜਿੰਨਾ ਕਰਨਾ ਚਾਹੁੰਦੇ ਹਾਂ ਉਨਾ ਤਾਂ ਨਹੀਂ ਕਰਦੇ, ਲੇਕਿਨ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਜੇ ਸਾਡੇ ਗੁਰੂਆਂ ਦੀ ਜਿਹੜੀ ਦੇਣ ਹੈਗੀ ਆ, ਅਗਰ ਉਸ ਨੂੰ ਅਸੀਂ ਫੋਲੋ ਕਰਾਂਗੇ ਤਾਂ ਉਸਦੇ ਨਾਲ ਹੀ ਸਾਡਾ ਉਧਾਰ ਹੋਏਗਾ। ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬੜੀ ਸਿੰਪਲ ਲਾਈਫ ਤਿੰਨ ਚੀਜ਼ਾਂ ਦਿੱਤੀਆਂ ਸੀ ਕਿ ਨਾਮ ਜਪੋ, ਵੰਡ ਛਕੋ, ਕਿਰਤ ਕਰਨੀ। ਅਗਰ ਅਸੀਂ ਇਨ ਤਿੰਨ ਪ੍ਰਿੰਸੀਪਲਸ ਵਿੱਚ ਅਗਰ ਫੋਲੋ ਕਰਾਂਗੇ ਤਾਂ ਸਾਨੂੰ ਜ਼ਿੰਦਗੀ ਵਿੱਚ ਕੋਈ ਤਕਲੀਫ ਨਹੀਂ ਆਏਗੀ। ਸੋ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਲੋਕਾਂ ਦੇ ਵਿਚਾਰ ਸੁਣੇ, ਜਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਅਤੇ ਉਹਨਾਂ ਦੇ ਦਿਖਾਏ ਹੋਏ ਰਸਤਿਆਂ 'ਤੇ ਬਹੁਤ ਘੱਟ ਲੋਕ ਚੱਲਦੇ ਨੇ। ਸਿਰਫ ਗੁਰਦੁਆਰਿਆਂ ਵਿੱਚ ਭੀੜ ਕਰਨ ਨਾਲ ਕੁਝ ਨਹੀਂ ਬਣਦਾ, ਜਦਕਿ ਸਾਡਾ ਫਰਜ਼ ਬਣਦਾ ਹੈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਹੋਏ ਰਸਤਿਆਂ 'ਤੇ ਅਮਲ ਕਰੀਏ। ਗੁਰੂ ਨਾਨਕ ਦੇਵ ਜੀ ਦੀਆਂ ਸਿਖਾਈਆਂ ਹੋਈਆਂ ਕੁਝ ਗੱਲਾਂ ਹੀ ਸਾਡੀ ਜ਼ਿੰਦਗੀ ਸਫਲ ਕਰ ਸਕਦੀਆਂ ਨੇ, ਜਿਵੇਂ ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ।